घर दे विच वड़ के एक नौजवान का बेरहमी दे नाल कतल कर दिता गया। 27 साल इस नौजवान की उम्र दसी जा रही है, जिसका कि बेरहमी नाल घर दे विच वड़ के कतल किया गया। दरअसल कहा जा रहा है कि विनोद कुमार इसका नाम है, तो पुलिस के वलों हुण मामले की जांच शुरू कर दी गई है। तो खबर बटाला तो सामने आई है, जिथे कि घर के वड़ के एक नौजवान का तेजधार हथियारों नाल कतल किया गया। हालांकि इस नौजवान के पिता पुलिस के विचों रिटायर हो चुके हैं, तो उन्हां दी मौत हो चुकी है। तो कुछ समा पहले ही इसकी माता की भी दिल के दौरा पैण के कारण मौत हुई थी, तो हुण इस नौजवान का भी किसी ने घर के वड़ के कतल कर दिता है। गुआंढियों का कहना है कि जो ये काफ़ी दिन तो घर के बाहर नहीं निकलिया, तो उन्होंने रिश्तेदारों इस गल के बारे सूचित किया गया। तो जो रिश्तेदार ने आके घर का दरवाजा तोड़ के देखा, तो खून के नाल लथपथ हालत विनोद कुमार की लाश जमीन पर पई सी। इस तो बाद पुलिस को इस बारे सूचित किया जाता है, पुलिस मौके के उत्ते पहुंची है, तो मामले की जाँच शुरू कर दी गई है। तो दस दिए कि बेरहमी के नाल इस नौजवान का कतल किया गया। उत्थे पुलिस हुण आले दुआले लगे CCTV फुटेज नूं भी खंगालण दे विच लगी हुई है कि आखिर इसका कतल किया क्यों गया, तो किन्हां दे वल्लों इस वारदात नूं अंजाम दिता गया। हालांकि इस घटना दे नाल इलाके दे विच भी सहम दा माहौल है। बटाला तो यह मामला सामने आया है। ਇਹ ਸੰਨੀ ਸੰਨੀ ਕਹਿੰਦੇ ਸੀ ਤੇ ਉਦਾਂ ਵਿਨੋਦ ਕੁਮਾਰ ਇਹਦਾ ਨਾਂ। ਅੱਛਾ ਜੀ। ਤੇ ਇਹ ਕੰਪਿਊਟਰ ਸਿੱਖਿਆ ਸੀ ਜੀ, ਕੰਮ ਨਹੀਂ ਇਹਦੇ ਕੋਈ ਵੀ ਕਰਦਾ। ਵੇਲਾ ਜੀ ਤੇ ਕਰਚ ਕਰ ਰਿਹਾ ਤਾਂ ਕੱਲਾ ਹੀ ਇਹਦਾ ਮਾਂ ਪਿਓ ਜਾਂ ਹੋਰ ਰਿਸ਼ਤੇਦਾਰ ਉਹ ਦਤ ਹੋ ਗਿਆ। ਉਹ ਦਤ ਹੋ ਗਈ ਨਾ ਪਿਤਾ ਦੀ, ਉੱਥੇ ਹੀ ਸਮਰਾਲੇ ਹੋ ਗਈ। ਉਸ ਚ ਹੀਗਾ ਉਹ ਚੰਡੀਗੜ੍ਹ ਕਰਦਾ ਹੁੰਦਾ ਸੀਗਾ, ਤੇ ਮਾਤਾ ਫਿਰ ਉਹਦੀ ਘਰ ਆਣ ਕੇ ਇੱਥੇ ਪੂਰੀ ਹੋ ਗਈ, 8-9 ਸਾਲ ਰਹੀ ਆ। ਦੁੱਧ ਲੈਣ ਗਈ, ਅਟੈਕ ਹੋ ਗਈ, ਇਹ ਹੁਣ ਕੱਲਾ ਹੀ ਰਹਿੰਦਾ। ਸਾਨੂੰ ਤਾਂ ਇਹਨਾਂ ਫੋਨ ਕੀਤਾ ਵਾ, ਆ ਫੋਨ ਗਿਆ ਤਾਂ ਅਸੀਂ ਸਵੇਰੇ ਆਏ ਹਾਂ। ਸਾਡਾ ਤਾਂ ਧਿਆਨ ਪਰ ਲਾ ਕੇ ਘਰ ਆ, ਸਾਡਾ ਪੋਤੀ ਆ। ਹੋਇਆ ਇਸ ਤਰ੍ਹਾਂ ਸੀ ਕਿ ਕੱਲ੍ਹ ਛੁੱਟੀ ਦਾ ਦੇਣੀ ਮੈਂ ਘਰ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਮੇਰੇ ਕੋਲ 2:30 ਤੋਂ 3 ਵਜੇ ਨਾਲ ਥੋੜ੍ਹੀ ਲੈਣ ਆਇਆ, ਇਹਨੂੰ ਮੈਂ ਥੋੜ੍ਹੀ ਦਿੱਤੀ, ਮੈਨੂੰ ਵਾਪਸ ਕਰਨ ਨਹੀਂ ਆਇਆ ਵਾ, ਠੀਕ ਹੈ ਜੀ। ਮੈਂ ਵਾਪਸ ਵੀ ਕੀਤੀ, ਮਤਲਬ ਵਾਪਸ ਦੇਣ ਆਇਆ, ਥੋੜ੍ਹੀ ਵਾਪਸ ਦੇ ਕੇ ਉਸ ਤੋਂ ਬਾਅਦ ਸ਼ਾਮੀ ਮਤਲਬ ਲਾ ਲਓ 3-9 ਵਜੇ ਤੋਂ ਬਾਅਦ ਦੀ ਗੱਲ ਵਾ, ਉਦੋਂ ਇੱਥੇ ਗਲੀ ਦੇ ਵਿੱਚ ਸਾਰੇ ਇਕੱਠੇ ਹੋਏ ਦੇ ਸੀ, ਸਾਰੇ ਇਕੱਠੇ ਹੋਏ ਦੇ ਸੀ, ਅਤੇ ਕਿ ਮੈਂ ਵੀ ਬਾਰੀ 'ਚ ਵੇਖਿਆ, ਮੈਂ ਬਾਹਰ ਆ ਕੇ ਤਾਂ ਮੈਂ ਵੇਖਿਆ ਤਾਂ ਕੀ ਹੋਇਆ ਰਿਹਾ, ਅਤੇ ਜਦੋਂ ਵੇਖਿਆ ਤਾਂ ਇਹ ਗੱਲ ਕਰਦੇ ਪਏ ਸੀ ਕਿ ਜਿਹੜਾ ਸੰਨੀ ਆ ਮੁੰਡਾ ਉਹ ਮਤਲਬ ਕਿ ਕੱਲ੍ਹ 4:30-4 ਵਜੇ ਦਾ ਲੱਭਣ ਨਹੀਂ ਦਿਆ, ਅਤੇ ਟਾਈਮ 9:10 ਵਜੇ ਹੁੰਦੇ ਨੇ, ਅਤੇ ਉਹਦਾ ਮੋਬਾਈਲ ਜਿਹੜਾ ਵਾ ਸਾਨੂੰ ਸੰਗਤਪੁਰਿਓ ਲੱਭਿਆ ਸੀ। ਸੰਗਤਪੁਰਿਓ ਜਿਹਨੂੰ ਲੱਭਾ ਸੀ ਉਹਦਾ ਘਰ ਸੰਗਤਪੁਰੇ ਸੀ, ਉਹਦੀ ਦੁਕਾਨ ਉਮਰਪੁਰੇ ਭਾਂਡਿਆਂ ਵਾਲਾ, ਠੀਕ ਹੈ ਜੀ। ਉਹਦੇ ਮੁੰਡੇ ਨੂੰ ਲੱਭਿਆ ਸੀ, ਅਤੇ ਜਦੋਂ ਲੱਭਿਆ ਤਾਂ ਉਹਨਾਂ ਨੇ ਵਾਪਸ ਕਰਤਾ ਇਹਨਾਂ ਨੂੰ, ਮਤਲਬ ਇੱਥੇ ਜੋਤੀ ਭਾਬੀ ਰਹਿੰਦੇ ਨੇ ਉਹਨਾਂ ਨੂੰ ਵਾਪਸ ਦੇ ਤਾ, ਅਤੇ ਉਸ ਤੋਂ ਬਾਅਦ ਫਿਰ ਸਾਰੇ ਮੁੰਡੇ ਜਿੰਨੇ ਨੇ ਉਹ ਸੰਗਤਪੁਰੇ ਨੂੰ ਲੱਭਣ ਗਏ ਨੇ। ਲਾਗੇ ਸੂਆ ਹੈਗਾ ਵਾ, ਪਾਏ ਪੈਲੀਆਂ ਹੈਗੀਆਂ ਵਾ, ਉੱਥੇ ਸਾਰੇ ਕਿਤੇ ਵੇਖਿਆ ਸਾਨੂੰ ਲੱਭਿਆ ਨਹੀਂ। ਘਰ ਫੋਲਿਆ ਸੀ, ਠੀਕ ਹੈ ਜੀ, ਕਿਉਂਕਿ ਇਹ ਬੂਹਾ ਜਿਹੜਾ ਖੁੱਲ੍ਹਾ ਦਾ ਸੀ ਇੱਧਰੋਂ ਦੀ ਅੰਦਰ ਜਾ ਕੇ, ਠੀਕ ਹੈ ਜੀ, ਆਹ ਕੁੰਡਾ ਖੋਲਿਆ, ਕੁੰਡਾ ਖੋਲ੍ਹ ਕੇ ਫਿਰ ਇਹਨੂੰ ਚਟਕਣੀ ਲਾ ਕੇ ਅੰਦਰੋਂ, ਬਾਅਦ 'ਚ ਸਾਹਮਣੇ ਜਦੋਂ ਬੂਹਾ ਵੇਖਿਆ ਉਹ ਲੋਕ ਸੀ, ਉਹਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਨਹੀਂ ਖੁੱਲ੍ਹਿਆ, ਮੋਢੇ ਮੁੰਡੇ ਮਾਰੇ, ਨਹੀਂ ਟੁੱਟਿਆ। ਅੱਜ ਕਿਸੇ ਅਚਾਨਕ ਹੀ ਇਹਨਾਂ ਨੂੰ ਪਤਾ ਲੱਗਾ ਮਹੱਲੇ ਵਾਲਿਆਂ ਨੂੰ, ਕਿਉਂਕਿ ਮੈਂ ਕੰਮ ਤੋਂ ਤੁਰਿਆ ਆਉਂਦਾ ਪਿਆ ਸੀ ਉਦੋਂ, ਅਤੇ ਪਤਾ ਲੱਗਾ ਕਿ ਇੱਦਾਂ ਸੰਨੀ ਦਾ ਹੋ ਗਿਆ ਵਾ, ਕਿ ਕਤਲ ਹੋ ਗਿਆ ਵਾ। ਬਾਕੀ ਬਸ ਇਹੀ ਕਹਾਂਗੇ ਕਿ ਜਿੰਨੇ ਵੀ ਇਹੋ ਜਿਹਾ ਕੰਮ ਕੀਤਾ ਵਾ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਮੇਰਾ ਬ੍ਰਦਰ ਲੱਗਦਾ 27 ਸਾਲ, ਕੋਈ ਨਹੀਂ ਰਹਿੰਦਾ, ਇਕੱਲਾ ਹੀ ਰਹਿੰਦਾ। ਹਾਂਜੀ, ਕੱਲ੍ਹ ਮੇਰੇ ਨਾਲ 11 ਵਜੇ ਗੱਲ ਹੋਈ ਹੈ, ਉਸ ਤੋਂ ਬਾਅਦ ਨਹੀਂ ਫੋਨ ਹੋਇਆ, ਪਤਾ ਨਹੀਂ ਕੀ ਹਿਸਾਬ ਕਿਤਾਬ ਹੋਇਆ। ਸਾਨੂੰ ਫੋਨ ਗਿਆ ਵਾ ਗਲੀ 'ਚੋਂ ਕਿਸੇ ਦਾ, ਗੁਆਂਢੀਆਂ ਦਾ। ਹਾਂਜੀ ਹਾਂਜੀ, ਨਹੀਂ ਕੁਆਰਾ ਹੈ, ਨਹੀਂ ਕੋਈ ਨਹੀਂ, ਇੱਥੇ ਕੋਈ ਨਹੀਂ ਰਹਿੰਦਾ, ਉਦਾਂ ਮੰਮੀ ਡੈਡੀ ਹੈਗੇ, ਉਹ ਪਿੰਡ ਦਾ ਮੰਮੀ ਆ ਇਕੱਲੇ। ਹਾਂਜੀ, ਕੰਮ ਨਹੀਂ ਕਰਦਾ ਅਜੇ, ਲੱਭਣ ਡਿਆ ਸੀ ਮੈਂ। ਇਹ ਜੀ ਵਿਨੋਦ ਨਾਂ ਦਾ ਮੁੰਡਾ ਹੈਗਾ ਵਾ, ਇੱਥੇ ਲਾਸ਼ ਮਿਲੀ ਹੈ, ਬਾਕੀ ਆਪਾਂ ਇਨਵੈਸਟੀਗੇਸ਼ਨ ਕਰਦੇ ਪਏ ਹਾਂ, ਬਾਕੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਏਗੀ। ਇਹ ਜੀ ਹੈਗੀ 26 ਸਾਲ ਹੈਗੀ ਸੀ, ਬਾਕੀ ਕਰ ਰਹੇ ਹਾਂ ਜੀ, ਇਹਦਾ ਆਪਣਾ ਵੇਖ ਰਹੇ ਹਾਂ, ਮੌਕਾ ਵੇਖਿਆ ਵਾ, ਅਤੇ ਮੌਕੇ ਦੇ ਮੁਤਾਬਿਕ ਜੋ ਵੀ ਉਹ ਬਣਦੀ ਹੋਊਗੀ ਕਾਰਵਾਈ ਆਪਾਂ ਕਰਾਂਗੇ। ਹਾਂਜੀ, ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੀ। ਇਹ ਜੀ ਮੁਹੱਲਾ ਵਾ, ਮੀਆਂ ਮੁਹੱਲਾ ਜੀ। ਇਹ ਜੀ ਵਿਨੋਦ ਨਾਂ ਦਾ ਹੈਗਾ ਮੁੰਡਾ, ਇਹਦੀ ਡੈਡ ਬੋਡੀ ਇੱਥੇ ਮਿਲੀ ਹੈ ਘਰ ਦੇ ਵਿੱਚ, ਬਾਕੀ ਆਏ ਹਾਂ ਵੈਰੀਫਾਈ ਕਰ ਰਹੇ ਹਾਂ, ਇਨਵੈਸਟੀਗੇਸ਼ਨ ਚੱਲਦੀ ਪਈ ਹੈ।
ਇਹਦੇ ਡੈਡ ਬੋਡੀ ਮਿਲੀ ਹੈ ਵੇਖ ਰਹੇ ਹਾਂ ਤਾਂ ਪੁੱਛ ਰਹੇ ਹਾਂ ਕੀ ਗੱਲ ਕੀ ਹੋਈ ਹੈ ਬਾਕੀ ਜੋ ਸਾਹਮਣੇ ਆਊਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇ ਮਹੱਲੇਦਾਰਾਂ ਮੁਤਾਬਿਕ ਕਿਸ ਤਰ੍ਹਾਂ ਦਾ ਸੁਭਾਅ ਸੀ ਜਾਂ ਕੋਈ ਆਇਆ ਗਿਆ ਕਿਸ ਤਰ੍ਹਾਂ ਦਾ ਸੁਭਾਅ ਵੱਲੋਂ ਤਾਂ ਠੀਕ ਹੀ ਲੱਗ ਰਿਹਾ ਵਾ ਪਰ ਆਪਾਂ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਵੀ ਸਾਹਮਣੇ ਆਊਗਾ ਉਸ ਮੁਤਾਬਿਕ ਕਾਰਵਾਈ ਕਰਾਂਗੇ ਕਿਤੇ ਨਾ ਲੱਗਦਾ ਕਿਸ ਚੀਜ਼ ਦਾ ਮਰਡਰ ਹੋਇਆ ਗੋਲੀ ਜਾਂ ਤੇ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਹੋਊਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।